ਜੀ ਜਾਮੇ ਮਸਜਿਦ ਸੈਯਦਨਾ ਮਿਹਰ ਅਲੀ ਸ਼ਾਹ ਤੁਹਾਡੇ ਮੌਜੂਦ ਤੁਹਾਡੇ ਸਾਹਮਣੇ ਮਦਰਸਾ ਜਾਮੇ ਗੌਸੀਆ ਮਿਹਰੀਆ ਨਜ਼ਰੁਲ ਉਲੂਮ ਉਹਦੇ ਬਿਲਕੁਲ ਨਾਲ ਮਸਜਿਦ ਜਾਮੇ ਮਸਜਿਦ ਸੈਯਦਨਾ ਮਿਹਰ ਅਲੀ ਸ਼ਾਹ ਮਾਸ਼ਾਅੱਲਾ ਮਸਜਿਦ ਦਾ ਕੰਮ ਸ਼ੁਰੂ ਹੈ ਵੇਖ ਲਓ ਇੱਟਾਂ ਜਨਾਬ ਮੌਜੂਦ ਨੇ 5 ਦਾ ਰੇਟ ਆ ਚੁੱਕੀ ਹੈ ਜੀ 30,000 ਰੁਪਏ ਦੀ 5 ਦਾ ਰੇਟ ਹੈ 2 ਮਿੰਟ ਹੈ ਜਨਾਬ 6,000 ਨੂੰ ਹਜ਼ਾਰ ਆਈਏ ਜੀ ਤੁਹਾਨੂੰ ਵਿਖਾ ਰਹੇ ਹਾਂ ਕਿ ਮਸਜਿਦ ਦੇ ਅੰਦਰ ਸਾਨੂੰ ਇਸ ਟਾਈਮ ਕਿਹੜੀ ਕਿਹੜੀ ਚੀਜ਼ ਜ਼ਰੂਰਤ ਹੈ ਜੀ ਆਬ ਆਪ ਤੁਹਾਨੂੰ ਵਿਖਾ ਰਹੇ ਹੈ ਜਾਮੇ ਮਸਜਿਦ ਸੈਯਦਨਾ ਮਿਹਰ ਅਲੀ ਸ਼ਾਹ ਦੇ ਅੰਦਰ ਅਸੀਂ ਹੁਣ ਇਸ ਮਸਜਿਦ ਅਸੀਂ ਛੱਤ ਪਾਉਣਾ ਜਨਾਬ ਇਹ ਛੱਤ ਵੱਲੋਂ ਮਸਜਿਦ ਬਗੈਰ ਖੜੀ ਹੈ ਇਸ ਜਗ੍ਹਾ ਜਨਾਬ ਇਸ ਜਗ੍ਹਾ 'ਤੇ ਸਕੂਨ ਆਏਗਾ ਦੋ ਸਕੂਨ ਇਸ ਜਗ੍ਹਾ 'ਤੇ ਆਏਗਾ ਇਸ ਸਕੂਨ ਇਸ ਜਗ੍ਹਾ 'ਤੇ ਆਏਗਾ ਇਹ 18 ਦੇ ਸਕੂਨ ਬਣਨਗੇ 3 ਸਕੂਨ ਫਰੰਟ 'ਤੇ ਆਉਣਗੇ ਔਰ 4 ਸਕੂਨ ਪਿਛਲੀ ਸਾਈਡ 'ਤੇ ਆਉਣਗੇ ਔਰ ਜਿਹੜੀ ਹੈ ਇਹ ਕੱਦ ਖੜੀ ਹੈ ਜਨਾਬ ਇਹ ਕੱਦ ਇਹ ਕੱਦ ਜਨਾਬ ਅਸੀਂ ਸ਼ਹੀਦ ਕਰਕੇ ਅਸੀਂ ਕੱਦ ਕਿੱਥੇ ਤੋੜਾਂਗੇ ਜਨਾਬ ਇਹ ਕੱਦ ਬਿਲਕੁਲ ਸਿੱਧੀ ਹੋ ਜਾਏਗੀ ਔਰ ਇਸ ਜਗ੍ਹਾ 'ਤੇ ਜਨਾਬ 10-10 ਫੁੱਟ ਗਾਰਡਰ ਇਸ ਤਰ੍ਹਾਂ ਇਸ ਸਾਈਡ 'ਤੇ ਆਉਣਗੇ ਜਨਾਬ ਔਰ ਇਸ ਤਰ੍ਹਾਂ ਗਾਰਡਰ ਆਉਣਗੇ 16-16 ਫੁੱਟ ਦੇ ਮੇਰਾ ਲਿਖਾ ਇਸ ਤਰ੍ਹਾਂ ਗਾਰਡਰ 16-16 ਫੁੱਟ ਦੇ ਆਉਣਗੇ ਇਸ ਤਰ੍ਹਾਂ ਗਾਰਡਰ 16-16 ਫੁੱਟ ਦੇ ਔਰ ਇਸ ਤਰ੍ਹਾਂ ਜਿਹੜੇ ਗਾਰਡਰ ਚੜ੍ਹਨਗੇ ਉਹ ਚੜ੍ਹਨਗੇ 14-14 ਫੁੱਟ 'ਤੇ ਚੜ੍ਹਨਗੇ ਔਰ 2 ਗਾਰਡਰ ਇੱਥੇ ਆ ਕੇ 19-19 ਫੁੱਟ ਦੇ 2 ਗਾਰਡਰ ਇੱਥੇ 19 ਫੁੱਟ ਆਏਗਾ ਇੱਥੇ 19 ਫੁੱਟ ਆਏਗਾ ਨਾਲ ਤਾਂ ਬਹੁਤ ਦਿੱਕਤ ਹੈ ਇਸ ਜਗ੍ਹਾ ਜ਼ਿਆਦਾ ਅਸੀਂ ਇਸ ਜਗ੍ਹਾ 'ਤੇ ਆਪਣੇ ਸਕੂਨ ਬਣਾਵਾਂਗੇ ਅਤੇ ਇਸ ਲਈ ਸਾਨੂੰ ਕੋਈ ਗਾਰਡਰ ਦਰਕਾਰ ਨਹੀਂ 19 ਫੁੱਟ ਗਾਰਡਰ 2 ਅਤੇ 16 ਫੁੱਟ ਗਾਰਡਰ 14 ਫੁੱਟ ਗਾਰਡਰ 10 ਫੁੱਟ ਗਾਰਡਰ ਸਾਨੂੰ ਦਰਕਾਰ ਨੇ ਅਤੇ ਇਸ ਤੋਂ ਇਲਾਵਾ ਅਸੀਂ ਸਾਨੂੰ ਤਿਆਰ ਵੀ ਚਾਹੀਦੇ ਨੇ ਗਾਰਡਨਾਂ ਤੋਂ ਬਾਅਦ ਫਿਰ ਅਸੀਂ ਵੇਖਾਂਗੇ ਆਇਆ ਕਿ ਸਾਨੂੰ ਅਸੀਂ ਫਿਰ ਸਾਡੇ ਕੋਲ ਇਤਨਾ ਸਰਮਾਇਆ ਬਜਟ ਸਾਡੇ ਕੋਲ ਨਹੀਂ ਹੈ ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਗਾਰਡਨਾਂ ਤੋਂ ਬਾਅਦ ਅਸੀਂ ਇਹਦੇ ਦੱਸੀ ਕਾ ਸਟੈਲ ਤਿਆਰ ਪਾਈ ਜਾਂ ਅਸੀਂ ਇੱਥੇ ਦੂਸਰਾ ਜਨਾਬ ਅਸੀਂ ਪਾਈਏ ਜਨਾਬ ਕੀ ਕਹਿ ਸਕਦੇ ਹੋ ਜੀ ਅਸੀਂ ਜਾਂ ਅਸੀਂ ਵਾਂਸ ਵਗੈਰਾ ਪਾ ਦਿੱਤੋ ਤੁਹਾਨੂੰ ਦੱਸ ਰਿਹਾ ਜੀ ਕਿ 16-16 ਫੁੱਟ ਦੇ ਗਾਰਡਰ 14-14 ਫੁੱਟ ਦੇ ਗਾਰਡਰ 19-19 ਫੁੱਟ ਦੇ ਗਾਰਡਰ 10-10 ਫੁੱਟ ਦੇ ਗਾਰਡਰ ਸਾਨੂੰ 14 ਫੁੱਟ ਦੇ ਸਾਨੂੰ 6 ਗਾਰਡਰ ਚਾਹੀਦੇ ਨੇ 14 ਫੁੱਟ ਦੇ 6 ਗਾਰਡਰ ਇਸ ਤਰੀਕੇ ਜਿਹੜੇ ਪੈਣਗੇ 19 ਫੁੱਟ ਦੇ ਸਾਨੂੰ 2 ਗਾਰਡਰ ਚਾਹੀਦੇ ਜਿਹੜੇ ਉਸ ਨੂੰ ਕਰਦੇ 19 ਫੁੱਟ ਦੇ 6 ਗਾਰਡਰ ਪੈਣਗੇ ਫਿਰ ਸਾਨੂੰ ਜਨਾਬ 16 ਫੁੱਟ ਦੇ ਸਾਨੂੰ 15 ਗਾਰਡਰ ਚਾਹੀਦੇ ਨੇ ਜਿਹੜੇ ਇਸ ਤਰੀਕੇ ਜਿਹੜੇ ਪੈਣਗੇ ਪਹਿਲੀ ਫਰੰਟ ਜਿਹੜੇ 2 ਸਵਾ ਦਿੱਤੇ ਫਿਰ ਸਾਨੂੰ 10-10 ਫੁੱਟ ਦੇ ਸਾਨੂੰ 2 ਗਾਰਡਰ ਚਾਹੀਦੇ ਨੇ 10-10 ਫੁੱਟ ਦੇ ਸਾਨੂੰ 9 ਗਾਰਡਰ ਚਾਹੀਦੇ ਜਿਹੜੇ ਇਸ ਤਰੀਕੇ ਨਾਲ ਚੜ੍ਹਨਗੇ ਇਸ 'ਚ ਟੋਟਲ ਗਾਰਡਰ ਹੈ ਗਾਰਡਰ ਸਮਰ ਪਿੱਲਰ ਔਰ ਪਲੱਸ ਗਾਰਡਰ ਤੋਂ ਬਾਅਦ ਫਿਰ ਵੇਖਾਂਗੇ ਆਇਆ ਕਿ ਸਾਡੇ ਕੋਲ ਕੀ ਕੋਈ ਨਿਜ਼ਾਮ ਬਣਦਾ ਹੈ ਸਾਡੇ ਨਾਲ ਪਲੀਜ਼ ਸਾਨੂੰ ਤਾਵਨ ਕਰੋ ਔਰ ਪਲੀਜ਼ ਇਸ ਵੀਡੀਓ ਨੂੰ ਵੇਖੋ ਅੱਗੇ ਸ਼ੇਅਰ ਵੀ ਕਰੋ ਅਤੇ ਕਮੈਂਟ 'ਤੇ ਸਾਨੂੰ ਤਾਵਨ ਕਰੋ ਸਾਡੇ ਨਾਲ ਲਿਖੋ ਕਿਆ ਸਾਡੇ ਨਾਲ ਤਾਵਨ ਕਰਨਾ ਚਾਹੁੰਦੇ ਹੋ ਕਿੰਨਾ ਕਰ ਸਕਦੇ ਹੋ ਉਹਦਾ ਫਿਰ ਤੁਹਾਨੂੰ ਸਦੀਕਾਕਾਰ ਦੱਸਾਂਗੇ ਕਿ ਸਾਡਾ ਇਲਾਕਾ ਤਹਿਸੀਲ ਪੀਰਮਲ ਜ਼ਿਲ੍ਹਾ ਟੋਬਾਟੇਕ ਸਿੰਘ ਡਿਵੀਜ਼ਨ ਜਨਾਬ ਫੈਸਲਾਬਾਦ ਪੀਰਮਲ ਦੇ ਨਾਲ ਗਾਓਂ ਹੈ 300 ਕਸਬੇ ਉਸ ਗਾਓਂ ਦੇ ਅੰਦਰ ਹੈ ਮਸਜਿਦ ਬਣ ਰਹੀ ਹੈ ਜਾਮੇ ਮਸਜਿਦ ਸਹੀ ਬਣੀ ਰਹੀ ਤਾਂ ਇਹ ਜਿਹੜੀ ਮਸਜਿਦ ਬਿਲਕੁਲ ਕੱਚੀ ਇੱਟਾਂ ਨਾਲ ਜਨਾਬ ਬਣਾਈ ਗਈ ਹੈ ਅਸੀਂ ਇਨਸ਼ਾਅੱਲਾ ਅਸੀਂ ਇਹਦੀ ਤਵੀਦ ਵੀ ਕਰਨੀ ਹੈ ਸਾਨੂੰ ਤਾਵਕ ਅੱਲਾਹ ਤਾਲਾ ਤੋਂ ਜਜ਼ਾਤ ਆ ਸਲਾਮ ਅਤੇ ਇਹਨਾਂ ਦੇ ਅੰਦਰ ਜਨਾਬ ਜਿਹੜੇ 10 ਫੁੱਟ ਜਿਹੜੇ ਗਾਰਡਰ ਨੇ ਉਹ 9 ਚੜ੍ਹਨਗੇ ਜੀ 14 ਫੁੱਟ ਗਾਰਡਰ ਇੱਥੇ 6 ਚੜ੍ਹਨਗੇ 16 ਫੁੱਟ ਗਾਰਡਰ 15 ਚੜ੍ਹਨਗੇ 19 ਫੁੱਟ ਗਾਰਡਰ 2 ਚੜ੍ਹਨਗੇ ਜਿਹੜੇ ਗਾਰਡਰ ਨੇ 16 ਫੁੱਟ ਉਹ ਸਾਰੇ ਤਾਂ ਇਸ ਤਰੀਕੇ ਨਾਲ ਚੜ੍ਹਨਗੇ ਜਨਾਬ ਇਹ ਜਿਹੜੀ ਪਹਿਲੇ ਜਿਹੜੀ 2 ਜਿਹੜੀ ਇਸ ਜਗ੍ਹਾ 'ਤੇ ਇਸ ਜਗ੍ਹਾ 10 ਫੁੱਟ ਗਾਰਡਰ ਇਸ ਤਰੀਕੇ ਨਾਲ ਚੜ੍ਹਨਗੇ